ਕਿਸਾਨ ਦੋਸਤੋ ਆਪਾਂ ਪਿਛਲੇ 7-8 ਦਿਨ ਤੋਂ ਗੱਲ ਕਰ ਰਹੇ ਹਾਂ ਕਿ ਵੀ ਇੱਕ ਵਰਖਾ ਦਾ ਨਵਾਂ ਦੌਰ 17 ਜਾਂ 18 ਜੁਲਾਈ 2021 ਤੋਂ ਚਾਲੂ ਹੋਣ ਵਾਲਾ ਹੈ ਜਿਹਦੇ ਵਿੱਚ ਭਾਰੀ ਅਤੇ অতি ਭਾਰੀ ਵਰਖਾ ਵੀ ਹੋ ਸਕਦੀ ਹੈ ਬਕਾਇਦਾ ਵਾਰਨਿੰਗ ਜਾਰੀ ਹੋਈ ਹੈ ਮੈਂ ਵੀਡੀਓ ਦੇ ਸ਼ੁਰੂ ਚ ਹੀ ਦੱਸ ਦੇਣਾ ਚਾਹਣਾ ਹੈ ਕਿ ਸੰਗਰੂਰ ਮਾਨਸਾ ਬਰਨਾਲਾ ਇਹਨਾਂ ਨੂੰ ਵੀ ਵਧੀਆ ਮੈਂ ਕਿਹ ਪਾਰੀ ਤੋਂ ਆਤੀ ਪਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਇਹਨਾਂ ਦਿਨਾਂ ਦੇ ਵਿੱਚ ਜੇ ਅਸੀਂ ਸਿਸਟਮ ਜਿਹੜਾ ਕਿ ਸ਼ੁਰੂ ਹੋਣੇ ਹੋਇਆ ਉਹਦੇ ਬਾਰੇ ਦੇਖੀਏ ਤਾਂ ਮੈਂ ਵੀਡੀਓ ਰਿਕਾਰਡ ਕਰ ਰਿਆ ਹਾਂ 17 ਜੁਲਾਈ 2021 ਦੇ ਰਾਤ ਸ਼ਾਮ ਦੇ ਪੌਣੇ 5 ਵਜੇ ਤਾਂ ਦੇਖਣ ਚਾ ਰਿਹਾ ਕਿ ਉੱਤਰ ਪ੍ਰਦੇਸ਼ ਦੇ ਚਾਏ ਉਹ ਇਹ ਆ ਏਰੀਆ ਹੈਗਾ ਬਰੇਲੀ ਪੀਲੀ ਬੀਤ ਜਾਂ ਇਹ ਸਾਰਾ ਏਰੀਆ ਇਸ ਏਰੀਆ ਦੇ ਵਿੱਚ ਭਾਰੀ ਵਰਖਾ ਸ਼ੁਰੂ ਹੋ ਚੁੱਕੀ ਹੈ ਬੱਦਲ ਗੰਗਾ ਨਗਰ ਬੀਕਾਨੇਰ ਚੂਰੂ ਇਸ ਏਰੀਆ ਨੂੰ ਵੀ ਕਵਰ ਕਰ ਚੁੱਕੇ ਹੈ ਤਾਂ ਸਿਸਟਮ ਦੀ ਸ਼ੁਰੂਆਤ ਚੰਗੀ ਇੱਕ ਸ਼ੁਰੂਆਤ ਹੋ ਚੁੱਕੀ ਹੈ ਇੱਥੋਂ ਤੁਸੀਂ ਇਹ ਦੇਖ ਸਕਦੇ ਹੋ ਦੋਸਤੋ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਇਹ ਜ਼ਿਲ੍ਹੇਵਾਰ ਮੌਸਮ ਦੇ ਬਾਰੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਫਤਿਹ ਦੀ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ WeatherData forecast bulletin 1:45 ਮਿੰਟ ਤੇ ਜਿਹੜਾ ਜਾਰੀ ਹੋਇਆ 17 ਜੁਲਾਈ ਨੂੰ ਉਹਦਾ ਹਵਾਲਾ ਦੇ ਕੇ ਮੈਂ ਗੱਲ ਕਰਨ ਲੱਗਿਆ। ਇਹਦੇ ਵਿੱਚ ਇਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਹੈ ਕਿਉਂਕਿ ਇਹ ਜਿਹੜੀ ਵਰਖਾ ਹੈ ਨਾ ਇਹਦੇ ਵਿੱਚ ਕੁਝ ਜਗ੍ਹਾ ਤੇ ਐਕਸਟ੍ਰੀਮਲੀ ਹੈਵੀ ਰੇਨਫਾਲ ਹੈ ਮੈਂ ਕਿ ਬਹੁਤ ਜ਼ਿਆਦਾ ਵਰਖਾ ਵੀ ਹੈ। ਤੁਹਾਨੂੰ 19 ਜਾਂ 20 ਤਰੀਕ ਦੇ ਨੇੜੇ ਦੇਖਣ ਨੂੰ ਮਿਲੇਗਾ ਪਹਾੜਾਂ ਦੇ ਵਿੱਚ ਬੱਦਲ ਫਟਿਆ ਹੜ ਆਏ ਫਲਾਨੀ ਜਗ੍ਹਾ ਤੇ ਲੈਂਡਸਲਾਈਡ ਹੋਇਆ। ਜੇ ਤੁਸੀਂ ਇਸ ਚੀਜ਼ ਵੱਲ ਨਿਗਾਹ ਮਾਰਦੇ ਹੋ ਤਾਂ ਤੁਹਾਨੂੰ ਇਹ ਦਿਸਦਾ ਹੈ ਕਿ ਉੱਤਰਾਖੰਡ ਦੇ ਵਿੱਚ 18 ਤਰੀਕ ਨੂੰ ਲਾਲ ਵਾਰਨਿੰਗ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਇੱਥੋਂ ਤੱਕ ਕਿ ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ ਇਹ ਸਾਰੇ ਏਰੀਆ ਦੇ ਵਿੱਚ ਜਿਹੜਾ ਹੈਗਾ ਕੁਝ ਥਾਵਾਂ ਤੇ ਵਰਖਾ ਭਾਰੀ ਹੋ ਸਕਦੀ ਹੈ। ਪਹਾੜਾਂ ਦੇ ਵਿੱਚ অতি ਭਾਰੀ ਤੋਂ ਲੈ ਕੇ ਐਕਸਟ੍ਰੀਮਲੀ ਹੈਵੀ ਰੇਨ ਦੀ ਵਾਰਨਿੰਗ ਜਾਰੀ ਹੋਈ ਹੈ। ਤਾ ਜੇ ਇਸ ਤਰ੍ਹਾਂ ਦੇ ਹਾਲਾਤ ਬੰਦੇ ਆ ਤਾਂ ਕਾਫੀ ਜਗ੍ਹਾ ਤੇ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੈ ਤਾਂ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਉੱਤਰੀ ਮੱਧ ਪ੍ਰਦੇਸ਼ ਦੇ ਵਿੱਚ 18 ਤੋਂ ਲੈ ਕੇ 21 ਜੁਲਾਈ 2021 ਦੇ ਦਰਮਿਆਨ ਕੁਝ ਥਾਵਾਂ ਤੇ ਭਾਰੀ ਵਰਖਾ ਤੇ ਇਕਾ ਦੁੱਕਾ ਥਾਵਾਂ ਤੇ অতি ਭਾਰੀ ਵਰਖਾ ਹੋ ਸਕਦੀ ਹੈ ਦਿੱਲੀ ਦੇ ਵਿੱਚ 18 ਤਰੀਕ ਨੂੰ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਜੰਮੂ ਡਿਵੀਜ਼ਨ ਹਿਮਾਚਲ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਜੁਲਾਈ 2021 ਨੂੰ ਐਕਸਟ੍ਰੀਮਲੀ ਹੈਵੀ ਰੇਨ ਤੇ ਉੱਤਰਾਖੰਡ ਦੇ ਵਿੱਚ 18 ਤੇ 19 ਜੁਲਾਈ 2021 ਨੂੰ ਐਕਸਟ੍ਰੀਮਲੀ ਮੈਂ ਕਿ অতি ਭਾਰੀ ਤੋਂ ਵੀ ਜ਼ਿਆਦਾ ਵਾਲੀ ਵਰਖਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਦੋਸਤੋ ਜੇ ਆਪਾਂ ਏਰੀਆ ਦੀ ਗੱਲ ਕਰੀਏ ਕਿ ਵਰਖਾ ਕਿੰਨਾ ਕੋ ਏਰੀਆ ਕਵਰ ਕਰ ਸਕਦੀ ਹੈ ਮੇਰੇ ਖਿਆਲ ਚ ਤੁਹਾਡੇ ਸਾਰੇ ਉਲੰਭੇ ਲੈ ਜਾਣੀ ਚਾਹੀਦੀ ਐਸ ਟਾਈਮ ਤੇ ਕਿਉਂਕਿ ਇਹ ਵਰਖਾ ਇਸ ਤਰੀਕੇ ਦੀ ਹੋਏਗੀ ਜਿਹੜੀ ਮਾਨਸੂਨ ਦੀ ਵਰਖਾ ਇੱਕ ਪਾਸੇ ਸ਼ੁਰੂ ਹੋ ਕੇ ਇੱਕ ਲੰਮਾ ਏਰੀਆ ਸੈਂਕੜੇ ਕਿਲੋਮੀਟਰ ਤੱਕ ਦਾ ਏਰੀਆ ਕਵਰ ਕਰਦੀ ਐ ਉਸ ਤਰੀਕੇ ਦੇ ਕੇ ਵਰਖਾ ਹੋਏਗੀ ਜਿਹੜੀ ਕਿ 23 ਜਾਂ 24 ਜੁਲਾਈ 2021 ਤੱਕ ਆਨ ਆਫ ਕਦੇ ਚੱਲਪੀ ਕਦੇ ਹਟ ਗਈ ਐਸ ਤਰੀਕੇ ਦੇ ਨਾਲ ਹੁੰਦੀ ਰਹੇਗੀ ਦਾ ਏਰੀਆ ਹੈ ਕਿ 75 ਤੋਂ 100% ਦਾ ਏਰੀਆ ਕਵਰ ਕਰ ਸਕਦੀ ਹੈ ਹਾਂ ਪੱਛਮੀ ਰਾਜਸਥਾਨ ਦਾ ਕੇਵਲ 50% ਏਰੀਆ ਕਵਰ ਕਰੇਗੀ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਜੰਮੂ ਹਿਮਾਚਲ ਇਹਨਾਂ ਦਾ 75 ਤੋਂ 100% ਦਾ ਏਰੀਆ ਵਰਖਾ ਕਵਰ ਕਰ ਸਕਦੀ ਹੈ ਜ਼ਿਲ੍ਹਾਵਾਰ ਜੇਕਰ ਮੈਂ ਗੱਲ ਕਰਾਂ ਮੈਂ ਸਿੱਧਾ ਵਾਰਨਿੰਗ ਦੇ ਉੱਪਰ ਹੀ ਆਉਣਾ ਕਿ ਜ਼ਿਲ੍ਹਾਵਾਰ ਵਾਰਨਿੰਗ ਕਿਸ ਤਰੀਕੇ ਦੀ ਹੈ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਸਤ ਸਹਿਬ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ 18 ਅਤੇ 21 ਜੁਲਾਈ ਨੂੰ ਵੀ ਚੰਗੀ ਹੋਵੇਗੀ ਪਰੰਤੂ 19 ਅਤੇ 20 ਜੁਲਾਈ 2021 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ ਵਾਰਨਿੰਗ ਜਾਰੀ ਹੋਈ ਹੈ ਸ਼੍ਰੀ ਤਰਨਤਨ ਸਹਿਬ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਨਾਂ ਦੇ ਵਿੱਚ 19 ਅਤੇ 20 ਜੁਲਾਈ 2021 ਇਹ ਅਤੇ 18 ਜੁਲਾਈ 2021 ਦੇ ਦਰਮਿਆਨ ਭਾਰੀ ਵਰਖਾ ਹੋਣ ਦੀ orange ਕਲਰ ਦੀ ਵਾਰਨਿੰਗ ਹੈ ਤਰਨਤਨ ਸਾਹਿਬ ਦੇ ਵਿੱਚ 18 ਨੂੰ ਥੰਡਰਸਟਾਰਮ ਹੈਵੀ ਰੇਨ ਨਹੀਂ ਹੈਗੀ ਠੀਕ ਹੈ ਜੀ ਜਿਹੜਾ ਅਗਲਾ ਸੈਟ ਹੈ ਇਹ ਇਹ ਜ਼ਿਲ੍ਹੇ ਹਮੇਸ਼ਾ ਵਰਖਾ ਘੱਟ ਹੁੰਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਦੀ ਵਾਰਨਿੰਗ ਨਹੀਂ ਹੈਗੀ 64.4 ਮਿਲੀਮੀਟਰ ਤੱਕ ਵਰਖਾ ਹੋ ਸਕਦੀ ਹੈ 64.4 ਮਿਲੀਮੀਟਰ ਤੱਕ ਵਰਖਾ ਉਹ ਕਿ ਘੱਟ ਨਹੀਂ ਹੁੰਦੀ ਬਹੁਤ ਹੁੰਦੀ ਹੈ ਤਾਂ 18 19 20 21 ਦੇ ਦਰਮਿਆਨ ਇੱਥੇ ਵਰਖਾ ਵਧੀਆ ਵਰਖਾ ਹੋ ਸਕਦੀ ਹੈ ਲੇਕਿਨ 19 ਅਤੇ 20 ਨੂੰ ਇੱਥੇ yellow color ਦੀ warning ਹੈ ਮੋਗਾ ਅਤੇ ਬਠਿੰਡਾ 18 ਨੂੰ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ 19 ਅਤੇ 20 ਜੁਲਾਈ ਦੇ ਦਰਮਿਆਨ ਭਾਰੀ ਵਰਖਾ ਹੋਣ ਦੀ orange ਕਲਰ ਦੀ ਵਾਰਨਿੰਗ ਇੱਥੇ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਠੀਕ ਹੈ ਜੀ ਲੁਧਿਆਣਾ ਲੁਧਿਆਣਾ ਦੇ ਵਿੱਚ 18 ਨੂੰ ਥੰਡਰਸਟਾਰਮ ਤੇ ਮੱਧਮ ਦਰਜੇ ਦੀ ਵਰਖਾ 19 ਅਤੇ 20 ਨੂੰ ਭਾਰੀ ਵਰਖਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਵਾਰਨਿੰਗ ਜਾਰੀ ਹੋਈ ਹੈ ਗੱਲ ਕਰਦੇ ਸੀਗੇ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦੋਸਤੋ orange ਕਲਰ ਦੀ ਵਾਰਨਿੰਗ ਆ ਗਈ 19 ਤਰੀਕ ਨੂੰ ਕੇ ਭਾਰੀ ਤੋਂ অতি ਭਾਰੀ ਵਰਖਾ ਹੋ ਸਕਦੀ ਹੈ ਮੈਂ ਨਹੀਂ ਕਹਿ ਰਿਹਾ ਚੰਡੀਗੜ੍ਹ ਵਾਲੇ ਕਹਿ ਰਹੇ ਐ ਕਿ ਵੀ ਹੋਏਗੀ ਮੈਂ ਤਾਂ ਪੜ੍ਹ ਕੇ ਸੁਣਾ ਰਿਹਾ ਹਾਂ ਰੂਪਨਗਰ ਦੇ ਵਿੱਚ 20 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋ ਸਕਦੀ ਹੈ ਐਸਐਸ ਨਗਰ 18 19 20 ਮਾਫ ਕਰਨਾ ਐਸਐਸ ਨਗਰ 18 ਨੂੰ ਥੰਡਰਸਟ੍ਰਮ 19 20 21 ਨੂੰ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਪਟਿਆਲਾ 20 21 ਰੂਪਨਗਰ 19 ਅਤੇ 21 ਫਤਿਹਗੜ੍ਹ ਸਾਹਿਬ 19 20 ਕੀ ਸੰਗਰੂਰ ਦੇ ਵਿੱਚ 20 ਨੂੰ ਭਾਰੀ ਵਰਖਾ ਹੋਣ ਦੀ ਯੈਲੋ ਕਲਰ ਦੀ ਵਾਰਨਿੰਗ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਕੁੱਲ ਮਿਲਾ ਕੇ ਪੰਜਾਬ ਦੇ ਆਹ ਇੱਕੋ ਜਿਲੇ ਐ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਜਿੱਥੇ ਭਾਰੀ ਵਰਖਾ ਦੀ ਵਾਰਨਿੰਗ ਨਹੀਂ ਆਈ ਬਾਕੀ ਕੋਈ ਜਿਲ੍ਹਿਆਂ ਦੇ ਵਿੱਚ ਭਾਰੀ ਅਤੇ ਕੁਝ ਜਿਲ੍ਹਿਆਂ 'ਚ অতি ਭਾਰੀ ਵਰਖਾ ਦੀ ਵਾਰਨਿੰਗ ਆ ਚੁੱਕੀ ਹੈ ਚੰਡੀਗੜ੍ਹ 18 19 20 21 ਦੇ ਦਰਮਿਆਨ ਭਾਰੀ ਵਰਖਾ ਹੋਣ ਦੀ ਯੈਲੋ ਵਾਰਨਿੰਗ ਹੈ ਹਰਿਆਣਾ ਦੀ ਗੱਲ ਕਰੀਏ ਪੰਚਕੁਲਾ ਅੰਬਾਲਾ ਯਮਨਾ ਨਗਰ 20 ਤਰੀਕ ਨੂੰ ਭਾਰੀ ਵਰਖਾ ਤੋਂ ਲੈ ਕੇ অতি ਭਾਰੀ ਵਰਖਾ ਜਦੋਂ ਕਿ 18 19 20 21 ਦੇ ਦਰਮਿਆਨ ਭਾਰੀ ਵਰਖਾ ਦੀ ਵਾਰਨਿੰਗ ਜਾਰੀ ਹੋਈ ਹੈ ਕੁਰਕ ਖੇਤਰ ਕੈਥਲ ਕਰਨਾਲ 18 19 20 21 ਚਾਰੋਂ ਦਿਨ ਭਾਰੀ ਵਰਖਾ ਹੋਣ ਦੀ yellow warning ਹੈ ਕਰਨਾਲ ਦੇ ਵਿੱਚ 20 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ ਵਾਰਨਿੰਗ ਹੈ। ਦੋਸਤੋ ਮਹਿੰਦਰਗੜ੍ਹ, ਰਿਵਾਰੀ, ਜੱਜਰ 18-19 ਨੂੰ ਭਾਰੀ ਤੋਂ অতি ਭਾਰੀ ਜਦੋਂ ਕਿ 20 ਤਰੀਕ ਨੂੰ ਭਾਰੀ ਵਰਖਾ ਹੋਣ ਦੀ ਵਾਰਨਿੰਗ ਜਾਰੀ ਹੋਈ ਹੈ। ਗੁਰੂਗ੍ਰਾਮ, ਮਿਵਾਤ, ਪਲਵਲ, ਫਰੀਦাবাদ 18, 19 ਅਤੇ 20 ਜੁਲਾਈ 2021 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ ਵਾਰਨਿੰਗ ਹੈ। ਰੌਤਕ 18 ਤੇ 19 ਨੂੰ orange ਭਾਰੀ ਤੋਂ ਅਤਿ ਭਾਰੀ ਵਰਖਾ ਜਦੋਂ ਕਿ 20 ਨੂੰ ਭਾਰੀ ਵਰਖਾ ਦੀ ਵਾਰਨਿੰਗ ਹੈ ਸੋਨੀਪਤ ਪਾਣੀਪਤ ਦੇ ਵਿੱਚ 18 ਨੂੰ ਭਾਰੀ ਵਰਖਾ ਦੀ ਵਾਰਨਿੰਗ ਹੈ 19 ਅਤੇ 20 ਨੂੰ ਭਾਰੀ ਤੋਂ ਅਤਿ ਭਾਰੀ ਵਰਖਾ ਦੀ ਵਾਰਨਿੰਗ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਗੰਗਾ ਨਗਰ ਹਨਮਾਨਗੜ੍ਹ ਦੇ ਵਿੱਚ ਭਾਰੀ ਵਰਖਾ ਤਾਂ ਨਹੀਂ ਹੈਗੀ ਵਰਖਾ 100% ਏਰੀਆ ਵੀ ਨਹੀਂ ਕਵਰ ਕਰ ਰਹੀ ਪਰੰਤੂ ਫੇਰ ਵੀ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ ਇੱਕ ਵਧੀਆ ਵਰਖਾ ਇੱਥੇ ਹੋ ਸਕਦੀ ਹੈ 18 19 21 22 ਅਤੇ 23 ਜੁਲਾਈ 2021 ਦੇ ਦਰਮਿਆਨ ਭਾਵੇਂ ਕਿ 17 ਜੁਲਾਈ ਨੂੰ ਵੀ ਗੰਗਾ ਨਗਰ ਬੀਕਾ ਨੇਰ ਚੂਰੂ ਜੁੰਜ ਨੂੰ ਵੇ ਸਾਰੇ ਏਰੀਆ ਦੇ ਉੱਪਰ ਬੱਦਲ ਛਾਏ ਹੋਏ ਐ ਤੇ ਵਰਖਾ ਹੋਣ ਦੀ ਸੰਭਾਵਨਾ ਹੈ ਮੈਂ ਕਿ ਕੁਝ ਕੁਝ ਏਰੀਆ ਦੇ ਵਿੱਚ ਯਾਨੀ ਕਿ ਸਾਰਾ ਏਰੀਆ ਕਵਰ ਹੋਏਗਾ ਕੁਝ ਏਰੀਆ ਕਵਰ ਹੋਣ ਦੀ ਸੰਭਾਵਨਾ ਹੈ ਤੇ ਹੁਣਮਾਨਗੜ ਦੇ ਵਿੱਚ ਵੀ 18 19 21 22 23 ਜੁਲਾਈ 2021 ਦੇ ਦਰਮਿਆਨ ਵਰਖਾ ਹੋਣ ਦੀ ਸੰਭਾਵਨਾ ਹੈ ਜੰਮੂ ਰੀਜਨ ઓਰਿਜਨ ਜਿੱਥੇ ਐ ਸਮੇਂ ਦੌਰਾਨ ਐਕਸਟ੍ਰੀਮਲੀ ਹੈਵੀ ਰੇਨ ਹੋ ਸਕਦੀ ਹੈ ਤੇ ਮੁੱਖ ਵਰਖਾ ਇੱਥੇ ਵਧੀਆ ਤਰੀਕੇ ਦੀ ਵਰਖਾ ਹੋਣ ਦੀ ਸੰਭਾਵਨਾ ਹੈ ਪੱਛਮੀ ਉੱਤਰ ਪ੍ਰਦੇਸ਼ 18 ਜੁਲਾਈ ਤੋਂ ਜ਼ਿਆਦਾਤਰ ਏਰੀਏ ਦੇ ਵਿੱਚ ਵਰਖਾ ਹੋਣੀ ਸ਼ੁਰੂ ਹੋ ਜੇਗੀ ਭਾਵੇਂ ਕਿ ਪੱਛਮੀ ਉੱਤਰ ਪ੍ਰਦੇਸ਼ ਦਾ ਜਿਹੜਾ ਮੈਦਾਨੀ ਇਲਾਕਾ ਸੀਗਾ ਕਾਫੀ ਦੇਰ ਤੋਂ ਕੁਸ਼ਕ ਬਣਿਆ ਹੋਇਆ ਸੀ ਜਿਵੇਂ ਤੁਸੀਂ ਇਹ ਦੇਖਦੇ ਹੋ 18 19 ਅਤੇ 20 ਤਰੀਕ ਦੇ ਨੇੜੇ ਜ਼ਿਆਦਾਤਰ ਏਰੀਆ ਵਰਖਾ ਕਵਰ ਕਰ ਲਵੇਗੀ ਤੁਹਾਨੂੰ ਜਿਵੇਂ ਪਹਿਲਾਂ ਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਉਹ ਵਰਖਾ ਹੋਏਗੀ ਜਿਹੜੀ ਕਿ ਇੱਕ ਸਾਈਡ ਤੋਂ ਲੈ ਕੇ ਕਈ ਕਿਲੋਮੀਟਰ ਤੱਕ ਜਾਂ ਇੱਕ ਲੰਮੇ ਸਫ਼ਰ ਤੱਕ ਜਿਹੜਾ ਹੈਗਾ ਇੱਕ ਵਰਖਾ ਕਵਰ ਕਰੇਗੀ ਹਾਂ ਇਹਦੇ ਵਿੱਚ ਜਿਹੜੀ ਨੈਗੇਟਿਵ ਗੱਲ ਹੈ ਉਹ ਇਹ ਹੈਗੀ ਹੈ ਕਿ ਕੁਝ ਪੈਚਸ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਵੀ ਹੋਣ ਦੀ ਸੰਭਾਵਨਾ ਹੈ ਜਿਹੜੀ ਪਹਾੜਾਂ ਦੇ ਉੱਪਰ ਐਕਸਟ੍ਰੀਮਲੀ ਹੈਵੀ ਰੇਨ ਹੈ ਉਹ ਜਿਹੜਾ ਨੁਕਸਾਨ ਕਰ ਸਕਦੀ ਹੈ ਬੱਦਲ ਫਟਣ ਦੀਆਂ ਕਾਰਵਾਈਆਂ ਭੂਸਕਲਣ ਦੀਆਂ ਕਾਰਵਾਈਆਂ ਜਿਹੜੀਆਂ ਜਾਨ ਅਤੇ ਮਾਲ ਦਾ ਨੁਕਸਾਨ ਕਰ ਸਕਦੀਆਂ ਤਾਂ ਦੋਸਤੋ ਇਹ ਸੀ ਭਾਰਤੀ ਮੌਸਮੀ ਭਾਗ ਦਿੱਲੀ ਲਖਨਊ ਜੈਪੁਰ ਅਤੇ ਚੰਡੀਗੜ੍ਹ ਦੀ ਸਹਾਇਤਾ ਦੇ ਨਾਲ ਮੌਸਮ ਦਾ ਹਾਲ ਤੇ ਜੋ ਵੀ ਕੋਈ ਇਸ ਦੇ ਉੱਪਰ ਨਵੀਂ ਅਪਡੇਟ ਆਏਗੀ ਉਹਦੇ ਬਾਰੇ ਤੁਹਾਨੂੰ ਆਉਣ ਵਾਲੇ ਟਾਈਮ 'ਤੇ ਸੂਚਿਤ ਕਰ ਦਿੱਤਾ ਜਾਊਗਾ ਧੰਨਵਾਦ ਦੋਸਤੋ Mir vanidos.